ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਟੂ ਇਨਫੋ ਵਿੱਚ ਤੁਹਾਡਾ ਸਵਾਗਤ ਹੈ ਬਹੁਤ ਸਾਰੇ ਸਟੂਡੈਂਟਸ ਕਮੈਂਟ ਕਰ ਰਹੇ ਹਨ ਕਿ ਵਾਰਡ ਰੈਟੈਂਡਰ ਦਾ ਐਗਜ਼ਾਮ ਕਦੋਂ ਹੋਵੇਗਾ ਕਦੋਂ ਇਸ ਦਾ ਐਡਮਿਟ ਕਾਰਡ ਆਉਣਗੇ ਅਤੇ ਕਦੋਂ ਇਸ ਦਾ ਸਿਲੇਬਸ ਆਵੇਗਾ ਜਿਵੇਂ ਕਿ ਮੈਂ ਪਿਛਲੀ ਵੀਡੀਓਜ਼ ਵਿੱਚ ਤੁਹਾਨੂੰ ਇਹ ਗੱਲ ਕਲੀਅਰ ਕਰ ਚੁੱਕੇ ਹਾਂ ਕਿ ਵਾਰਡ ਰੈਟੈਂਡਰ ਜਿਹੜਾ ਐਗਜ਼ਾਮ ਹੈ ਉਹ ਨਵੰਬਰ ਵਿੱਚ ਪੂਰੇ ਪੂਰੇ ਚਾਂਸ ਹਨ ਕਿ ਨਵੰਬਰ ਵਿੱਚ ਐਗਜ਼ਾਮ ਆ ਜਾਵੇਗਾ ਆਪ ਜੀ ਕਰੇ ਤੁਹਾਡਾ ਐਗਜ਼ਾਮ ਨਵੰਬਰ ਵਿੱਚ ਹੋਵੇਗਾ ਤਾਂ ਇਸ ਦੇ ਲਈ ਜਿਹੜੀ ਆਫੀਸ਼ੀਅਲ ਨੋਟੀਫਿਕੇਸ਼ਨ ਹੈ ਐਗਜ਼ਾਮ ਡੇਟ ਦੀ ਉਹ 15 ਅਕਤੂਬਰ ਤੋਂ ਬਾਅਦ ਆਉਣ ਦੀ ਪ ਇਸ ਲਈ ਕੋਈ ਵੀ ਲਾਈਟਲੀ ਨਾ ਲੋ ਦੇਖਣ ਵਿੱਚ ਆਇਆ ਹੈ ਕਿ ਸਾਰੇ ਜਣੇ ਬਿਲਕੁਲ ਹੀ ਪੜ੍ਹਾਈ ਨੂੰ ਢਿੱਲਾ ਛੱਡੀ ਬੈਠੇ ਹਨ ਆਪਣੀ ਆਪਣੀ ਜਿਹੜੀ ਤਿਆਰੀ ਹੈ ਉਹ ਬਿਲਕੁਲ ਜਾਰੀ ਰੱਖੋ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਇਸ ਚੈਨਲ ਉੱਤੇ ਪਾਈਆਂ ਵੀਡੀਓਜ਼ ਤੋਂ ਹੀ ਤਿਆਰੀ ਕਰੋ ਤੁਸੀਂ ਕਿਤੋਂ ਵੀ ਜਿੱਥੋਂ ਵੀ ਤੁਹਾਨੂੰ ਸੋਰਸ अवेलेबल ਹੁੰਦਾ ਹੈ ਤੁਸੀਂ ਉੱਥੋਂ ਆਪਣੀ ਤਿਆਰੀ ਜਿਹੜੀ ਉਹ ਕਰ ਸਕਦੇ ਹੋ ਪ੍ਰੰਤੂ ਹਾਂ ਮੈਂ ਇਹ ਜ਼ਰੂਰ ਕਹਾਂਗਾ ਕਿ ਤਿਆਰੀ ਕਰੀ ਜਰੂਰ ਜਾਓ ਕਿਉਂਕਿ ਸਰਕਾਰੀ ਨੌਕਰੀ ਦਾ ਜਿਹੜਾ ਮੌਕਾ ਹੈ ਉਹ ਵਾਰ-ਵਾਰ ਨਹੀਂ ਮਿਲਦਾ ਇਸ ਤਰ੍ਹਾਂ ਦੀ ਐਨੀਵਰਟੀ ਗਿਣਤੀ ਦੀਆਂ ਭਰਤੀਆਂ ਜਿਹੜੀਆਂ ਉਹ ਵਾਰ-ਵਾਰ ਨਹੀਂ ਨਿਕਲਦੀਆਂ ਇਸ ਲਈ ਆਪਣੀ ਤਿਆਰੀ ਕਰੀ ਜਾਓ ਤਾਂ ਕਿ ਜ ਇੱਕ ਗੱਲ ਤੁਹਾਨੂੰ ਹੋਰ ਦੱਸਣਾ ਮੈਂ ਕਿ ਜਿਹੜੇ ਜਿਹੜੇ ਸਿਲੇਬਸ ਦਾ ਇੰਤਜ਼ਾਰ ਕਰ ਰਹੇ ਹਨ ਵੈਸੇ ਤਾਂ ਸੰਭਾਵਨਾ ਹੈ ਕਿ ਜਿਹੜੀ ਯੂਨੀਵਰਸਿਟੀ ਹੈ ਉਹ ਸਿਲੇਬਸ ਇਸ ਦਾ ਅਪਲੋਡ ਕਰੇਗੀ ਪਰੰਤੂ ਇਹ ਕੋਈ ਜ਼ਰੂਰੀ ਵੀ ਨਹੀਂ ਹੈ ਹੋ ਸਕਦਾ ਹੈ ਕਿ ਇਸ ਦਾ ਸਿਲੇਬਸ ਨਾ ਹੀ ਆਵੇ ਕਿਉਂਕਿ ਯੂਨੀਵਰਸਿਟੀ ਪਹਿਲਾਂ ਹੀ ਮੈਂਸ਼ਨ ਕਰ ਚੁੱਕੀ ਹੈ ਕਿ ਇਹ 8th ਲੈਵਲ ਦਾ ਐਗਜ਼ਾਮ ਹੈ ਇਸ ਲਈ ਤੁਸੀਂ ਆਪ ਸਿਆਣੇ ਹੋ ਕਿ ਇਸ ਵਿੱਚ ਜਿਹੜੇ 8th ਲੈਵਲ ਤੱਕ ਦੇ ਹੀ ਕੁਐਸਚਨ ਹੈ ਉਹ ਐਕਸਪੈਕਟਿਡ ਹਨ ਇਸ ਲਈ ਇਸ ਪ੍ਰੋਸੇ ਕੇ ਜਦੋਂ ਸਿਲੇਬਸ ਆਵੇਗਾ ਉਦੋਂ ਤਿਆਰੀ ਸ਼ੁਰੂ ਕਰਾਂਗੇ ਆਪਣੀ ਤਿਆਰੀ ਨਾ ਛੱਡੋ ਸਬੰਧੀ ਜਿੱਥੋਂ ਵੀ ਕੋਈ ਮਟੀਰੀਅਲ ਮਿਲਦਾ ਹੈ ਜਿਵੇਂ NCERT ਦੀ ਬੁੱਕਸ ਵਗੈਰਾ ਤੁਸੀਂ 8th ਲੈਵਲ ਤੱਕ ਦੀ ਜਿਹੜੀ ਉਹ ਕੁਐਸਚਨ ਹੈ ਉੱਥੋਂ ਪੜ੍ਹ ਸਕਦੇ ਹੋ ਜਾਂ ਫਿਰ ਵਾਰਡ ਰੈਟੈਂਡਰ ਦੇ ਲਈ JP ਪਬਲਿਕੇਸ਼ਨ ਵੱਲੋਂ ਸਿੰਘ ਐਂਡ ਵਾਲੀਆ ਵੱਲੋਂ ਇੱਕ ਬੁੱਕ ਪ੍ਰਕਾਸ਼ਿਤ ਕੀਤੀ ਗਈ ਹੈ ਸਾਰੇ ਸਟੂਡੈਂਟਸ ਜਿਹੜੇ ਕਮੈਂਟ ਕਰ ਰਹੇ ਸਨ ਕਿ ਕਿਹੜੀ ਬੁੱਕ ਪੜ੍ਹੀਏ ਉਹ ਤੁਹਾਨੂੰ ਦੱਸ ਦਵਾਂ ਕਿ ਤੁਸੀਂ ਇਹ ਬੁੱਕ ਜਿਹੜੀ ਉਹ ਪਰਚੇਸ ਕਰ ਸਕਦੇ ਹੋ ਇਸ ਬੁੱਕ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਉਸ ਲਿੰਕ ਉੱਤੇ ਕਲਿੱਕ ਕਰਕੇ ਤੁਸੀਂ ਇਸ ਨੂੰ ਆਨਲਾਈਨ ਬਾਏ ਕਰ ਸਕਦੇ ਹੋ ਇਸ ਬੁੱਕ ਦਾ ਤੁਹਾਨੂੰ ਇਹ ਫਾਇਦਾ ਹੋਵੇਗਾ ਕਿ ਤੁਹਾਡੇ ਕੋਲ ਸਾਰਾ ਸਟੱਡੀ ਮਟੀਰੀਅਲ ਪੰਜਾਬੀ ਵਿੱਚ ਇੱਕ ਥਾਂ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਜਿਨ੍ਹਾਂ ਨੂੰ ਇੰਗਲਿਸ਼ ਵਿੱਚ ਮੈਥ ਤੇ ਰੀਜ਼ਨਿੰਗ ਔਖਾ ਲੱਗਦਾ ਹੈ ਉਹ ਇਸ ਬੁੱਕ ਵਿੱਚੋਂ ਮੈਥ ਤੇ ਰੀਜ਼ਨਿੰਗ ਪੰਜਾਬੀ ਵਿੱਚ ਪੜ੍ਹ ਕੇ ਆਪਣੇ ਕਨਸੈਪਟ ਜਿਹੜੇ ਉਹ ਕਲੀਅਰ ਕਰ ਸਕਦੇ ਹਨ ਜਿਹੜੇ ਕਿ ਤੁਹਾਡੇ ਇਸ ਪੇਪਰ ਤੋਂ ਇਲਾਵਾ ਹੋਰ ਨਾ ਪੰਜਾਬ ਦੇ ਗਵਰਨਮੈਂਟ ਦੇ ਜਿਹੜੇ ਪੇਪਰ ਹੈ ਉਹਨਾਂ ਵਿੱਚ ਵੀ ਕੰਮ ਆਵੇਗਾ ਇਸ ਤੋਂ ਇਲਾਵਾ ਇਸ ਸੰਬੰਧੀ ਜੇਕਰ ਕੋਈ ਵੀ ਹੋਰ ਅਫੀਸ਼ੀਅਲ ਇਨਫੋਰਮੇਸ਼ਨ ਆਉਂਦੀ ਹੈ ਮੈਂ ਤੁਹਾਨੂੰ ਇਸ ਚੈਨਲ ਉਤੇ ਇਸ ਦੀ ਅਪਡੇਟ ਸਭ ਤੋਂ ਪਹਿਲਾਂ ਦਵਾਂਗਾ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਦਬਾ ਲਿਓ ਤਾਂ ਜੋ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੰਦੀ ਹੋਰ ਕੋਈ ਜਾਣਕਾਰੀ ਲਈ ਸਾਡੇ ਟੈਲੀਗ੍ਰam ਅਤੇ ਇੰਸਟਾਗ੍ਰam ਨੂੰ ਵੀ ਜੁਆਇਨ ਕਰ ਲਵੋ ਜਿੰਨਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਣਗੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਕਿਸੇ ਹੋਰ ਇਨਫੋਰਮੇਸ਼ਨ ਨਾਲ ਤਦ ਤੱਕ ਲਈ ਧੰਨਵਾਦ